ਜਲੰਧਰ ਦੇ ਡਾਕਟਰ ਬੀ ਆਰ ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਨੂੰ ਦੇਸ਼ ਦੀਆਂ ਚੋਟੀ ਦੀਆਂ ਵਿਦਿਅਕ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਵਿੱਚੋਂ 100ਵੇਂ ਸਥਾਨ ਤੇ ਰੱਖਿਆ ਗਿਆ ਹੈ ਅੱਜ ਐਲਾਨੀ ਗਈ ਏਸ਼ੀਆ ਯੂਨੀਵਰਸਿਟੀ ਦਰਜਾਬੰਦੀ ਵਿੱਚ ਇਸ ਦੀ ਅਕਾਦਮਿਕ ਮਹੱਤਤਾ ਰੋਜ਼ਗਾਰ ਮੌਹਈਆ ਕਰਵਾਉਣ ਦੇ ਮੌਕੇ ਆ ਸਟਾਫ ਵਿਦਿਆਰਥੀ ਅਨੁਪਾਤ ਅਤੇ ਕੁਮਾਂਤਰੀ ਪਦਰ ਤੇ ਫੈਕਲਟੀ ਅਤੇ ਕੁਮਾਂਤਰੀ ਵਿਦਿਆਰਥੀ ਅਨੁਪਾਤ ਦੇ ਆਧਾਰ ਤੇ ਸਲਾਇਆ ਗਿਆ ਹੈ ਇਸ ਦੇ ਲਈ ਯੂਨੀਵਰਸਿਟੀ ਵੱਲੋਂ ਕੀਤੇ ਗਏ ਕੋਖ ਖਰਚਾਂ ਸਰਕਾਰੀ ਯੋਗਤਾ ਆਲਮੀ ਸ਼ਮੂਲੀਅਤ ਅਤੇ ਸਿੱਖਣ ਦੇ ਤਜਰਬੇ ਵਰਗੇ ਖੇਤਰਾਂ ਦਾ ਮੁਲਾਂਕਣ ਕੀਤਾ ਗਿਆ ਸੀ ਸੰਸਥਾ ਦੇ ਡਾਇਰੈਕਟਰ ਪ੍ਰੋਫੈਸਰ ਵਿਨੋਦ ਕੁਮਾਰ ਕਨੋਜਿਆ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਦਰਜਾਬੰਦੀ ਵਿੱਚ ਸੁਧਾਰ ਸੰਸਥਾ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਦਰਸਾਉਂਦਾ ਹੈ ਉਹਨਾਂ ਆਲਮੀ ਪੱਧਰ ਤੇ ਇਸ ਸਾਲ ਦੀ ਪ੍ਰਾਪਤੀ ਤੋਂ ਸੇਧ ਲੈਂਦਿਆਂ ਭਵਿੱਖ ਵਿੱਚ ਹੋਰ ਵੀ ਚੰਗੇ ਉਪਰਾਲੇ ਕਰਨ ਦਾ ਭਰੋਸਾ ਦਿੱਤਾ